ਸਕੂਲ ਹੈ ਵਿੱਦਿਆ ਦਾ ਮੰਦਰ, ਸ਼ੀਸ਼ ਝੁਕਾ ਕੇ ਜਾਈਏ ਅੰਦਰ। ਲੈ ਵੀ ਬੜੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਅੱਜ। ਤੂੰ ਤਾਂ ਬਹੁਤ ਦੇਰ ਬਾਅਦ ਆਇਆ, ਲਗਭਗ 20 ਸਾਲ ਬਾਅਦ ਹੀ ਆਇਆ ਹੋਣਾ ਮੈਨੂੰ ਲੱਗਦਾ। ਬਿਲਕੁਲ ਬਿਲਕੁਲ ਯਾਰ, ਸਕੂਲ ਜਾ ਕੇ ਪੁਰਾਣੀਆਂ ਯਾਦਾਂ ਤਾਂ ਤਾਜ਼ਾ ਹੋਣਗੀਆਂ ਹੀ ਹੋਣਗੀਆਂ ਅੱਜ। ਬਾਕੀ ਭਾਅ ਜੀ, ਵਾਕਈ ਲੱਗਦਾ ਵੀ 20 ਸਾਲ ਤਾਂ ਹੋ ਹੀ ਗਿਆ, ਕਿਉਂਕਿ 2001 ਦੇ ਵਿੱਚ ਪਲੱਸ ਟੂ ਕੀਤੀ ਸੀ ਅਤੇ ਡੈਫੀਨੇਟਲੀ 20 ਸਾਲ ਤਾਂ ਹੋ ਹੀ ਗਿਆ। ਬਹੁਤ ਲੰਬਾ ਟਾਈਮ ਆ ਜੀ ਇਹ। ਅੱਜ ਵੈਸੇ ਨਾ ਦੇਖ ਕੇ ਸਕੂਲ ਨੂੰ ਉਹ ਗੱਲ ਯਾਦ ਆਉਂਦੀ ਆ ਵੀ ਸਕੂਲ ਵਾਲੀ GT ਰੋਡ ਤੋਂ ਕਿੰਨੇ ਰਾਹ ਨਿਕਲੇ, ਕਈਆਂ ਨੂੰ ਮਿਲ ਗਈ ਨੌਕਰੀ ਅਤੇ ਕਈ ਹੋ ਬੇਪਰਵਾਹ ਨਿਕਲੇ। ਵਾਹ ਕੀ ਬਾਤ ਆ, ਸਹੀ ਗੱਲ ਆ। ਚਲੋ ਫਿਰ ਅੱਜ ਜਿਹੜੇ ਸਾਡੇ ਨਾਲ ਪੁਰਾਣੇ ਮਿੱਤਰ ਸਾਡੇ ਪੜ੍ਹੇ ਹੋਏ ਨਾ, ਉਹਨਾਂ ਨੂੰ ਵੀ ਸਕੂਲ ਦੀ ਸੈਰ ਕਰਾਉਂਦੇ ਹਾਂ ਅੱਜ ਆਪਾਂ। ਬਿਲਕੁਲ ਜੀ, ਬਿਲਕੁਲ ਭਾਅ ਜੀ, ਬਿਲਕੁਲ। ਅੱਛਾ ਵੈਸੇ ਗੱਲ ਆ ਇੱਕ, ਵੀ ਜਿਹੜਾ ਆਪਣਾ ਸਕੂਲ ਆ ਯਾਰ, ਕਿੰਨਾ ਕੁ ਵੈਸੇ ਪੁਰਾਣਾ ਹੋਊਗਾ? ਕਦੀ ਸੋਚਿਆ ਨਹੀਂ ਵੈਸੇ ਮੈਂ। ਕਾਫੀ ਪੁਰਾਣਾ ਯਾਰ, ਜੋ ਮੈਂ ਸੁਣਿਆ ਨਾ ਕਹਿੰਦੇ 1920 'ਚ ਸਟੈਬਲਿਸ਼ ਹੋਇਆ ਇਹ। ਹੈਗਾ ਵੈਸੇ ਕਾਫੀ ਵੱਡਾ ਵਾ ਏਰੀਆ ਦਾ, ਇਹਦਾ ਕਾਫੀ ਹੋਣਾ ਯਾਰ ਵੈਸੇ। ਹਾਂਜੀ ਹਾਂਜੀ, ਏਰੀਆ ਮੇਰੇ ਹਿਸਾਬ ਨਾਲ ਨਾ ਹੋਣਾ 20-22 ਏਕੜ ਤਾਂ ਹੋਣਾ ਹੀ ਆ, ਜਗ੍ਹਾ ਜਿੰਨੀ ਕੁ ਦੇਖਣ ਨੂੰ ਲੱਗਦੀ ਆ। ਲੱਗਦਾ ਵਾਕਈ ਇੰਨੀ ਹੋਊਗੀ। ਬਹੁਤ ਜ਼ਿਆਦਾ ਵਧੀਆ ਬਣਾਤਾ ਸਕੂਲ ਨੇ। ਮੇਨ ਹਾਲ ਜਿੱਥੇ ਐਗਜ਼ਾਮ ਹੁੰਦੇ ਸੀ ਸਾਡੇ, ਬੋਰਡ ਦੇ ਐਗਜ਼ਾਮ, ਜਦੋਂ 8ਵੀਂ ਦੇ ਵੀ ਐਗਜ਼ਾਮ ਹੁੰਦੇ ਸੀ ਨਾ 5 ਤਰ੍ਹਾਂ ਦੇ ਸਾਡੇ ਟਾਈਮ 'ਤੇ, 10ਵੀਂ ਦੇ 5 ਤਰ੍ਹਾਂ ਦੇ ਆਏ ਸੀ ਐਗਜ਼ਾਮ, +2 ਦੇ 5 ਤਰ੍ਹਾਂ ਦੇ, ਤਾਂ ਇਸ ਹਾਲ ਦੇ ਵਿੱਚ ਹੀ ਹੁੰਦੇ ਸੀਗੇ। ਹਾਲ ਦੇ ਵਿੱਚ ਪੇਪਰ ਹੋਣਾ ਵੀ ਇੱਕ ਬਹੁਤ ਵੱਡਾ ਮਤਲਬ ਮਨ ਦੇ ਵਿੱਚ ਹੁੰਦਾ ਹੁੰਦਾ ਸੀ। ਬਹੁਤ ਸੋਹਣਾ ਬਣਾਤਾ ਵੀ ਸਕੂਲ ਨੂੰ।
ਹੋਰ ਤੂੰ ਕਿੰਨੇ ਚਿਰ ਬਾਅਦ ਆਇਆ ਇੱਥੇ? ਮੈਂ ਆਉਂਦੇ ਦਿਨ ਨਾ। ਅੱਛਾ, ਤੈਨੂੰ ਯਾਦ ਆ ਆਪਣਾ ਰੂਮ ਕਿਹੜਾ ਹੁੰਦਾ ਸੀ? ਕਿਆ ਇੱਦਾਂ ਕਿਤੇ ਭੁੱਲ ਕਿੱਦਾਂ ਸਕਦਾ ਕਿਆ, ਹੈ ਨਾ? ਬਹੁਤ ਵਧੀਆ ਬਣ ਗਿਆ ਯਾਰ ਸਕੂਲ ਤਾਂ, ਪੇਂਟ ਪੂੰਟ ਕਰਕੇ ਬੜਾ ਵਧੀਆ ਬਣਾਤਾ। ਇਹਦੀ ਰਿਪੇਅਰ ਵੀ ਹੋਈ ਆ, ਹੈ ਨਾ? ਯਾਰ ਮੈਂ ਇੰਨੇ ਚਿਰ ਬਾਅਦ ਆਇਆ, ਮੈਨੂੰ ਬਿਲਕੁਲ ਪੁਰਾਣੀ ਪਿਕਚਰ ਘੁੰਮ ਗਈ ਦਿਮਾਗ 'ਚ। ਇੱਧਰੋਂ ਇੱਧਰ ਉੱਥੇ ਸਾਈਕਲ ਖੜਾ ਕਰਕੇ ਆਉਂਦੇ ਹੁੰਦੇ ਸੀ ਇੱਧਰ ਨੂੰ ਸਟੈਂਡ 'ਤੇ। ਹਾਂਜੀ ਅਮਨਦੀਪ, ਇਹ ਸਾਡੀ ਸੀਗੀ ਜਦੋਂ ਅਸੀਂ 1-2 ਦੇ ਵਿੱਚ ਆਏ ਸੀ ਨਵੇਂ ਨਵੇਂ ਪਲੱਸ 1 'ਚ, ਤਾਂ ਇਹ ਸਾਡਾ ਉਸ ਵੇਲੇ ਕਲਾਸਰੂਮ ਹੁੰਦਾ ਸੀ ਜਿਹੜਾ ਕਿ ਹੁਣ ਮੈਥ ਲੈਬ ਬਣਾ ਦਿੱਤਾ ਹੋਇਆ। ਅਤੇ ਇਹ ਸਾਡੀ ਜਿਹੜੀ ਸੀਗੀ ਨਾਲ ਦੀ ਬਿਲਕੁਲ ਇਹ ਕੈਮਿਸਟਰੀ ਲੈਬ ਹੁੰਦੀ ਸੀ, ਇਹਨੂੰ ਹੁਣ ਮੇਸਾ ਨਾ ਬਾਇਓਲੋਜੀ ਲੈਬ ਬਣ ਚੁੱਕੀ ਹੈ ਇਹ। ਹਾਂ ਦੂਸਰੇ ਪਾਸੇ ਆਈਏ ਤਾਂ ਆਪਾਂ ਜਿਹੜੀ ਫਿਜਿਕਸ ਲੈਬ ਸੀ ਸਾਡੀ, ਹਾਂਜੀ, ਜਿੱਥੇ ਸਾਡੇ ਸੁਰਿੰਦਰ ਸਰ ਹੁੰਦੇ ਸੀ, ਸ਼ਰਮਾ ਸਰ, ਸਰ ਦਾ ਰੂਮ ਵੀ ਉਹੀ ਹੈ, ਮਤਲਬ ਉਹ ਫਿਜਿਕਸ ਲੈਬ ਜਿਹੜੀ ਆ ਉਹ ਚੇਂਜ ਨਹੀਂ ਹੋਈ, ਫਿਜਿਕਸ ਲੈਬ ਤਾਂ ਉਹੀ ਆ ਸੇਮ। ਹਾਂ ਜੀ ਉਸ ਤੋਂ ਅੱਗੇ ਆਪਾਂ ਗੱਲ ਕਰੀਏ, ਹਾਂ ਜਿਹੜੀ ਕੈਮਿਸਟਰੀ ਲੈਬ ਆ ਉਹ ਉੱਥੇ ਬਣ ਗਈ ਹੋਈ ਆ ਜਿੱਥੇ ਬਾਇਓ ਲੈਬ ਹੁੰਦੀ ਸੀਗੀ। ਆਹ ਵੀ ਵੈਸੇ ਵੱਖਰੀ ਚੀਜ਼ ਹੀ ਬਣਾਤੀ ਹੋਈ ਨਾ, ਆ ਜੋ ਸਾਡੇ ਇਕੁਇਪਮੈਂਟਸ ਹੁੰਦੇ ਸੀਗੇ ਕੈਮਿਸਟਰੀ ਦੇ, ਵਧੀਆ ਬਣਾਏ ਹੋਏ ਆ, ਚੰਗੀ ਲੈਬ ਬਣ ਗਈ ਆ, ਵਧੀਆ ਸਕੂਲ, ਕਾਫੀ ਨਾਈਸ ਆ। ਬਿਲਕੁਲ ਬਿਲਕੁਲ। ਇੱਥੇ ਤਾਂ ਸਟੈਂਡ ਹੁੰਦਾ ਸੀ ਸਾਰਾ, ਸਾਈਕਲ ਸਟੈਂਡ, ਹੈ ਨਾ? ਹੁਣ ਸਾਈਕਲ ਸਟੈਂਡ ਕਿੱਥੇ ਆ? ਇਹਨੂੰ ਸਹੀ ਕਰਨਾ ਹਜੇ? ਨਹੀਂ ਸਹੀ ਕਰ ਲਈ ਆ। ਨਹੀਂ ਨਹੀਂ, ਅੱਛਾ ਆਹ ਵਾਲਾ ਉਹ ਇੱਥੇ ਵੀ ਖੜੇ ਕਰ ਦਿੰਦੇ ਆਪਾਂ ਸਾਈਕਲ ਸਾਹਮਣੇ ਆ ਦੇ ਇੱਥੇ। ਹਾਂ ਆਹੋ ਹਾਂ ਵੀ ਅਮਨਦੀਪ, ਜਦੋਂ ਮੈਂ ਇੱਥੇ ਨਵਾਂ ਨਵਾਂ ਆਇਆ ਸੀ ਨਾ 6ਵੀਂ ਕਲਾਸ ਦੇ ਵਿੱਚ, 94 ਜਾਂ 95 ਦੀ ਗੱਲ ਆ, ਬੜੇ ਵਧੀਆ ਵਾਲੇ ਰੂਮ ਹੁੰਦੇ ਸੀਗੇ ਇੱਥੇ ਉਸ ਵੇਲੇ। ਇੱਥੇ ਤਾਂ ਮੇਰੇ ਸਾਨੂੰ ਸਪੋਰਟਸ ਵਿੰਗ ਵੀ ਸੀਗੀ, ਈਵਨ ਕਿ ਮਤਲਬ ਕਿ ਸਪੋਰਟਸ ਪਰਸਨ ਇੱਥੇ ਰੂਮ 'ਚ ਰਹਿੰਦੇ ਹੁੰਦੇ ਸੀਗੇ, ਉਹਨਾਂ ਕੋਲ ਪ੍ਰੋਪਰ ਉਹਨਾਂ ਨੂੰ ਮਤਲਬ ਕਿ ਨਾ ਰੂਮ ਅਲੋਟ ਹੋਏ ਸੀਗੇ, ਮਤਲਬ ਚੰਗਾ ਉਹ ਮਤਲਬ ਪਲੇਅਰਸ ਹੁੰਦੇ ਸੀਗੇ। ਔਰ ਮੈਂ ਇੱਕ ਗੱਲ ਹੋਰ ਵੀ ਦੇਖੀ ਹੈ, ਇਸ ਸਕੂਲ ਦੇ ਇੱਦਾਂ ਦੇ ਸਪੋਰਟਸ ਪਰਸਨ ਸੀਗੇ ਜਿਹੜੇ ਕਿ ਵੱਡੀਆਂ ਵੱਡੀਆਂ ਪੋਸਟਾਂ 'ਤੇ, ਕੋਈ ਪੁਲਿਸ ਡਿਪਾਰਟਮੈਂਟ ਦੇ ਵਿੱਚ, ਕੋਈ TT ਮਤਲਬ ਲੱਗ ਗਿਆ ਰੇਲਵੇ ਦੇ ਵਿੱਚ, ਮਤਲਬ ਚੰਗੀਆਂ ਪੋਸਟਾਂ ਦੇ ਉੱਤੇ ਲੱਗੇ ਹੋਏ ਸੀ ਸਪੋਰਟਸਮੈਨ। ਓਕੇ, ਵਟ ਇਜ਼ ਦਿਸ? ਆ ਕੀ ਆ ਜੀ? ਆਹ ਕੀ ਆ, ਖੂਹ ਆ? ਉਹ ਵਿੱਚ ਕੀ ਹਾਲਟ ਲੱਗੇ ਆ ਉਹਦੇ? ਉਹ ਚੱਕਰ ਜਿਹਾ ਕੀ ਲੱਗਾ ਯਾਰ ਇੱਧਰ? ਤੂੰ ਨਹੀਂ ਆ, ਤੂੰ ਵੀ ਨਹੀਂ ਆਇਆ ਤਾਂ ਮਤਲਬ ਇੱਧਰ ਆ ਦੇਖ ਨਾ, ਬੁੱਲੇ ਪੁੱਲੇ ਕੱਢਦੀ ਸੀ ਉਹ, ਟੈਂਕੀ ਭਰਦੀ ਸੀ ਇੱਧਰੋਂ ਪਾਣੀ ਜਾ ਕੇ, ਆਹ ਟੈਂਕੀ ਭਰਦੀ ਸੀ ਆਹ ਦੇ। ਹਾਂ ਇੱਥੋਂ ਫਿਰ ਸਪਲਾਈ ਸ਼ੁਰੂ ਲੈ, ਆਹ ਤਾਂ ਚੀਜ਼ ਹੀ ਨਹੀਂ ਦੇਖੀ ਸੀ ਉਹ, ਇੱਥੇ ਰਹਿੰਦੇ ਨੇ ਆਪਾਂ ਨੂੰ ਘੁਮਾਈਦਾ ਹੁੰਦਾ ਸੀ ਉਹ ਦਰਿਆ। ਅੱਛਾ ਗੋਲ ਚੱਕਰਾ ਖੇਲਣ ਨੂੰ ਹੁੰਦਾ ਸੀ ਉਹ ਤਾਂ ਤੇਰੇ, ਕਹਿੰਦਾ ਤੂੰ ਹਾਂਜੀ। ਆਹ ਸਾਡਾ ਵੋਕੇਸ਼ਨਲ ਮਤਲਬ ਕਿ ਸਬਜੈਕਟ ਨਾਲ ਰਿਲੇਟਡ ਸਬਜੈਕਟ ਜਿਹੜੇ ਸੀਗੇ ਬੱਚਿਆਂ ਦੇ, ਕੋਈ ਇਲੈਕਟ੍ਰੀਕਲ ਡਿਪਲੋਮਾ ਕਰਦਾ ਸੀ, ਕੋਈ ਮਕੈਨੀਕਲ ਡਿਪਲੋਮਾ ਕਰਦਾ ਸੀਗਾ, ਉਹ ਸਾਰੇ ਡਿਪਲੋਮਾ ਹੋਲਡਰ ਬੱਚੇ ਜਿਹੜੇ ਇੱਥੇ
ਮਤਲਬ ਕਿ ਉਹਨਾਂ ਦਾ ਸਾਰਾ ਵਿੰਗ ਸੈਪਰੇਟ ਸੀਗਾ। ਇਹ ਸੀਗਾ ਵੀ ਸਾਡਾ ਐਲੀਮੈਂਟਰੀ ਵਿਭਾਗ ਜਿੱਥੇ ਸਾਡੀਆਂ ਕਲਾਸਿਸ ਮਤਲਬ 8th ਤੋਂ ਲੈ ਕੇ 10th ਤੱਕ ਇੱਥੇ ਸਾਡੀਆਂ ਕਲਾਸਾਂ ਲੱਗੀਆਂ ਸੀਗੀਆਂ। ਉਸ ਟਾਈਮ 'ਤੇ ਬਿਲਡਿੰਗ ਜਾਣੀ ਕਿ ਬਹੁਤ ਇਹ ਪੋਰਸ਼ਨ ਬੜਾ ਵਧੀਆ ਸੀਗਾ, ਬਿਲਕੁਲ ਨਿਊਲੀ ਸੀਗਾ ਕਹਿਣ ਦਾ ਮਤਲਬ ਕਿ, ਪਰ ਹੁਣ ਤਾਂ ਕਾਫੀ ਜ਼ਿਆਦਾ ਇਹਨੂੰ ਰੈਨੋਵੇਸ਼ਨ ਦੀ ਲੋੜ ਆ ਲੱਗਦੀ। ਇੱਥੇ ਹੁਣ ਐਕਚੁਅਲੀ ਮੈਂ ਦੇਖਿਆ ਕਿ ਮਿਡ ਡੇ ਮੀਲ ਵਗੈਰਾ ਵੀ ਇੱਥੇ ਬਣਦਾ ਹੈ ਇੱਧਰ। ਹਾਂ, ਸਕੂਲ 'ਚ ਸਾਰੇ ਕੰਮ ਜਿਹੜੇ ਬਾਕੀ ਇੱਧਰ ਹੀ ਚੱਲਦੇ ਲੱਗਦਾ, ਮਿਡ ਡੇ ਮੀਲ ਜਾਂ ਕੋਈ ਵੀ ਹੈ। ਲੈ ਵੀ ਮਿੱਤਰ ਆ ਗਈ ਹੈ, ਕੰਟੀਨ ਸਮੋਸੇ ਖਾਣੇ ਆ। ਇੱਥੇ ਵੀ ਦੇਖ ਲਾ, ਟਾਈਮ ਟਾਈਮ ਦੀ ਗੱਲ ਆ ਮਿੱਤਰਾ, ਸਮੋਸੇ ਖਾਂਦੇ ਰਹੇ ਹਾਂ, ਚਾਹ ਪੀਂਦੇ ਰਹੇ ਹਾਂ, ਅਤੇ ਬਾਕੀ ਸਮਾਂ ਦੇਖ ਲਓ ਲੰਘ ਜਾਂਦਾ, ਬੀਤ ਜਾਂਦਾ, ਗੱਲਾਂ ਜਿਹੜੀਆਂ ਚੇਤੇ ਰਹਿ ਜਾਂਦੀਆਂ ਹੈਗੀਆਂ। ਬਿਲਕੁਲ ਜੀ, ਬਿਲਕੁਲ। ਹਾਂਜੀ, ਵਾਹ ਜੀ ਵਾਹ, ਬਹੁਤ ਪੁਰਾਣੀ ਫੋਟੋ ਆ ਆਪਣੀ। ਬਹੁਤ ਹੀ ਰਿਸਪੈਕਟਡ ਸਰ, ਸਰਦਾਰ ਬਲਵੰਤ ਸਿੰਘ ਜੀ, ਹਾਂਜੀ, ਕਮਿਸ਼ਨਰੀ ਲੈਕਚਰਾਰ ਜੀ, ਹਾਂਜੀ, ਅਤੇ ਪ੍ਰਿੰਸੀਪਲ ਸਾਹਿਬ ਸ਼ਬਦੀਪ ਸਿੰਘ ਮੁੰਦਰ ਜੀ, ਹਾਂਜੀ, ਆਪਣੇ ਅਵਤਾਰ ਸਿੰਘ ਆਸੀ ਸਰ, ਹਰਵਿੰਦਰ ਸਿੰਘ ਓੜਪੁਰੀ ਸਰ, ਹਾਂਜੀ, ਆਪਣੇ ਡੋਗਰਾ ਸਰ ਜਿਹੜੇ ਐੱਨ ਸੀ ਸੀ ਦੇ ਵੀ ਹੁੰਦੇ ਸੀਗੇ। ਠੀਕ ਆ ਜੀ। ਬਲਵੀਰ ਸਿੰਘ ਸਰ ਮੂਨਕਾ ਨੂੰ ਜਿਹੜੇ ਇਸ ਵੇਲੇ ਮੈਥ ਲੈਕਚਰ ਸੀਗੇ, ਅਤੇ ਇਸ ਵੇਲੇ ਹੈਗੇ ਆਪਣੇ ਇਹਨਾਂ ਨੇ ਹੋਮੋਪੈਥੀ ਦੀ ਕਲੀਨਿਕ ਹੈਗੀ, ਹਾਂਜੀ, ਠੀਕ ਆ ਜੀ। ਆਪਣੇ ਦਲੀਪ ਸਿੰਘ ਸਰ ਮੈਥ ਮਾਸਟਰ ਸੀਗੇ, ਹਾਂਜੀ, ਅਤੇ ਮੇਚੀ ਡੀ ਪੀ ਸਰ, ਠੀਕ ਆ ਜੀ, ਅਤੇ ਆਪਣੇ ਪਿੱਛੇ ਕੁਲਵੰਤ ਸਿੰਘ ਸਰ ਹੈਗੇ ਆ, ਸੁਰੇਸ਼ ਡੀ ਪੀ ਸਰ ਆ, ਫਿਰ ਆਪਣੇ ਗੁਰਚਰਨ ਸਿੰਘ ਡੀ ਪੀ ਸਰ ਇਸ ਵੇਲੇ ਜਿਹੜੇ, ਅਤੇ ਆਪਣੇ ਸੁਰੇਸ਼ ਕੁਮਾਰ ਸਰ ਜਿਹੜੇ ਇੱਥੇ ਕਮਰਸ ਦੇ ਲੈਕਚਰਾਰ ਸੀਗੇ, ਆ ਵੀ ਸਰ ਹੋਣੀ ਹੈ ਇੰਗਲਿਸ਼ ਦੇ ਸੀਗੇ, ਸਾਨੂੰ ਟੀਚਰ ਪੜ੍ਹਾਉਂਦੇ ਹੁੰਦੇ, ਨਾ ਭੁੱਲ ਗਿਆ ਇਹਨਾਂ ਦਾ। ਚਲੋ ਜੀ, ਬਹੁਤ ਵਧੀਆ, ਬਹੁਤ ਯਾਦਾਂ ਜੁੜੀਆਂ ਸਾਡੀਆਂ। 2000 ਆਪਾਂ 1 ਦੇ ਵਿੱਚ ਕੀਤੀ ਨਾ ਪਾਸ ਇੱਥੋਂ, 2001 ਦੇ ਵਿੱਚ ਪਲੱਸ ਟੂ, ਲਗਭਗ ਆਪਾਂ ਲਗਭਗ ਕਿ 20 ਸਾਲ ਬਾਅਦ ਆਏ ਹਾਂ ਆਪਾਂ, 20 ਸਾਲ ਬਾਅਦ, ਮੈਂ 20 ਸਾਲ ਬਾਅਦ ਆਇਆ। 20 ਈਅਰਸ ਯਾਰ, ਘੱਟ ਨਹੀਂ ਹੁੰਦੇ। Think, plan, try, do, do again and again, keep doing. Wow, ਬਹੁਤ ਸੋਹਣੀ ਗੱਲ ਹੈ ਜੀ, ਦੇਖੀ ਛੇਤੀ ਸਮਝ ਆ ਜਾਏ ਤਾਂ ਬਹੁਤ ਵਧੀਆ ਗੱਲ ਆ। ਜਿੰਨੀ ਜਲਦੀ ਇਹ ਬੱਚਿਆਂ ਨੂੰ ਸਮਝ ਵਿੱਚ ਆ ਜਾਏ ਬਹੁਤ ਵਧੀਆ ਗੱਲ ਆ, ਬਟ ਬਹੁਤ ਸੋਹਣਾ ਲਿਖਿਆ। Thank you.
ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਜੀ? ਆ ਜਾਓ ਅੰਦਰ। ਆਪਾਂ ਪੜ੍ਹੇ ਜੀ 2001 ਦੇ ਵਿੱਚ ਇੱਥੇ, 2002-1 ਅਤੇ ਬੜੇ ਚਿਰਾਂ ਬਾਅਦ ਮੈਂ ਤਾਂ 20 ਸਾਲ ਬਾਅਦ ਆਇਆ ਇੱਥੇ, ਮਤਲਬ ਸਕੂਲ ਦੇ ਵਿੱਚ ਉੱਦਾਂ ਤਾਂ ਆਉਂਦੇ ਰਹੀਦਾ। ਨਹੀਂ ਨਹੀਂ ਬਹਿਣਾ ਨਹੀਂ ਜੀ, ਬਹਿਣਾ ਨਹੀਂ ਬਸ। ਹਾਂਜੀ ਤੁਸੀਂ? ਅੱਛਾ ਜੀ, ਠੀਕ ਆ। ਚਲੋ ਬਹੁਤ ਵਧੀਆ ਜੀ। 31 ਦਸੰਬਰ 26 ਨੂੰ। ਹਾਂਜੀ ਠੀਕ ਆ ਜੀ, ਬਹੁਤ ਸੋਹਣਾ, ਬਹੁਤ ਵਧੀਆ ਜੀ, ਬਹੁਤ ਵਧੀਆ। ਜਦੋਂ ਅਮਨ ਆਪਣੇ ਇੱਧਰ ਵਿੰਗ ਖਤਮ ਹੋਇਆ ਸੀਗਾ ਨਾ, ਸਪੋਰਟਸ ਵਿੰਗ, ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਵਿੰਗ ਸੀਗਾ ਉਹ ਇੱਧਰ ਮਤਲਬ ਕਿ ਨਵੀਂ ਬਿਲਡਿੰਗ ਜਿਹੜੀ ਬਣ ਗਈ ਸੀ, ਇਹ ਸਪੋਰਟਸ ਮੈਨ ਪਰਸਨਸ ਦੇ ਲਈ ਸੀਗੀ ਮੇਨ। ਓਕੇ। ਅਤੇ ਕਾਫੀ ਯਾਨੀ ਕਿ ਸਪੋਰਟਸਮੈਨ ਤੋਂ ਇੱਧਰ ਵੀ ਰਹਿੰਦੇ ਸੀਗੇ, ਪਰ ਹੁਣ ਤਾਂ ਕਾਫੀ ਦੇਰ ਤੋਂ ਖਾਲੀ ਹੋ ਗਈ ਹੋਈ ਹੈ ਇਹ। ਅਤੇ ਆਹ ਜਿਹੜਾ ਸਾਹਮਣੇ ਕੋਰੀਡੋਰ ਬਣਿਆ ਹੋਇਆ ਵਾ, ਇੱਥੇ ਇਹਨਾਂ ਨੇ ਬੈਡਮਿੰਟਨ ਕੋਰਟ ਵਗੈਰਾ ਜਿਹੜਾ ਲਾਇਆ ਹੋਇਆ ਵਾ, ਇੱਥੇ ਪ੍ਰੈਕਟਿਸ ਕਰਦੇ ਆ ਕਾਫੀ, ਮਤਲਬ ਸਾਡੇ ਨਾ ਸ਼ਹਿਰ ਦੇ ਬੰਦੇ ਹੀ ਕਾਫੀ ਯਾਨੀ ਕਿ ਜਿਹੜੇ ਆ ਉਹਨਾਂ ਨੇ ਟੀਮਸ ਆਪਣੀਆਂ ਬਣਾਈਆਂ ਹੋਈਆਂ ਵਾ, ਜਿੱਦਾਂ ਗਰੁੱਪ ਬਣੇ ਹੋਏ ਉਹਨਾਂ ਦੇ, ਬੱਚਿਆਂ ਨੂੰ ਵੀ ਸਿਖਾਉਂਦੇ ਇੱਥੇ, ਜਿਹੜੇ ਬੱਚੇ ਇੰਟਰਸਟਡ ਆ ਜਾਂ ਜਿਹੜੇ ਬੱਚੇ ਸਪੋਰਟਸ ਨਾਲ ਰਿਲੇਟਡ ਹੈਗੇ ਉਹਨਾਂ ਨੂੰ ਸਿਖਾਉਂਦੇ ਵੀ ਇੱਥੇ। ਵਧੀਆ ਬੈਡਮਿੰਟਨ ਕੋਰਟ ਬਣਾਇਆ ਹੋਇਆ ਵਾ, ਕਾਫੀ ਨਾਈਸ ਆ। ਗੁੱਡ ਗੁੱਡ, ਬਹੁਤ ਵਧੀਆ ਜੀ। ਅਤੇ ਚਲੋ ਦੋਸਤੋ, ਇਹਨਾਂ ਪੁਰਾਣੀਆਂ ਯਾਦਾਂ ਦੇ ਸਫ਼ਰ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਇਸ ਵੀਡੀਓ ਨੂੰ ਵੱਧ ਤੋਂ ਵੱਧ ਦੇਖੋ, ਸ਼ੇਅਰ ਕਰੋ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਬਹੁਤ ਜਲਦ ਅਸੀਂ ਹੋਰ ਵੀ ਵੀਡੀਓਜ਼ ਲੈ ਕੇ ਆਵਾਂਗੇ, ਸੋ ਸਟੇ ਟਿਊਨਡ। ਥੈਂਕ ਯੂ ਵੈਰੀ ਮੱਚ।